ਸ਼ਾਮ ਦਾ ਟਾਈਮ ਹੋ ਗਿਆ ਹੈ ਅਤੇ ਮੈਂ ਬਾਲਟੀ ਪਾਣੀ ਦੀ ਭਰ ਲਈ ਆ ਅਤੇ ਇਹ ਮਿੱਠਾ ਲਾਇਆ ਹੋਇਆ ਹੈ ਅਤੇ ਉਹਨੂੰ ਪਾਣੀ ਪਾਉਣ ਚੱਲੀ ਹਾਂ। ਹੁਣ ਗਰਮੀ ਆ ਗਈ ਹੈ ਨਾ, ਧੁੱਪ ਲੱਗਦੀ ਕਾਫੀ ਅਤੇ ਇਸ ਕਰਕੇ ਫਿਰ ਇੱਕ ਦਿਨ ਛੱਡ ਕੇ ਅਤੇ ਇੱਕ ਦਿਨ ਪਾਣੀ ਪਾ ਕੇ ਆਉਂਦੀ ਹੁੰਦੀ ਕਿਉਂਕਿ ਤਾਜ਼ੇ ਬੂਟੇ ਲੱਗੇ ਆ ਅਤੇ ਉਹ ਫਿਰ ਮੈਂ ਕਿਹਾ ਜੜ ਲਾ ਜਾਣ, ਇਸ ਕਰਕੇ ਗਿੱਲੀ ਜਗ੍ਹਾ ਰਹੇ ਨਾ ਅਤੇ ਫਿਰ ਬੂਟਾ ਸੁੱਕਦਾ ਨਹੀਂ ਜਲਦੀ। ਮਿੱਠੇ ਨੂੰ ਪਾਣੀ ਪਾ ਦਿੱਤਾ ਅਤੇ ਬੂਟੇ ਤਾਜ਼ੇ ਲਾਏ ਹੋਏ ਆ ਅਤੇ ਇਸ ਕਰਕੇ ਪਾਣੀ ਡੇਲੀ ਜਾਂ ਇੱਕ ਦਿਨ ਛਿੜ ਕੇ ਇੱਕ ਦਿਨ ਪਾਉਣੀ ਹੋਣੀ ਕਿਉਂਕਿ ਹਜੇ ਜ਼ਿਆਦਾ ਗਰਮੀ 'ਚ ਨਹੀਂ ਆਈ। ਇੱਧਰ ਫਰਹਾਨ ਦੇ ਪਾਪਾ ਵੀ ਕੰਮ ਲੱਗੇ ਹੋਏ ਆ, ਮੋਟੇ ਮੋਟੇ ਬੂਟੇ ਸੀ ਵਿੱਚ ਬੂਟੀ ਦੇ ਪੁੱਟ ਦਿੱਤੇ ਆ। ਚਲੋ ਸਹੀ ਹੋ ਗਿਆ, ਦੇਖੋ ਖਾਦ ਪਾਉਣ ਨਾਲ ਕਿੰਨਾ ਸੋਹਣਾ ਹੋ ਗਿਆ। ਚਲੋ ਹਾਂਜੀ, ਮਿੱਠੇ ਨੂੰ ਪਾਣੀ ਪਾ ਕੇ ਆਈ ਹਾਂ ਅਤੇ ਦੂਸਰੇ ਜਿਹੜੇ ਇੱਧਰ ਪੱਠਿਆਂ ਵਿੱਚ ਲਾਏ ਹੋਏ ਆ ਬੂਟੇ ਉਹਨਾਂ ਨੂੰ ਤਾਂ ਪਾਣੀ ਲੱਗ ਗਿਆ ਸੀ ਅਤੇ ਉੱਧਰ ਜਿਹੜਾ ਉਹ ਮਿੱਠੇ ਦਾ ਉਹ ਲਾਹਦਾ ਰਹਿ ਜਾਂਦਾ ਅਤੇ ਉਹਨੂੰ ਬਾਲਟੀ ਪਾ ਕੇ ਆਈ ਹਾਂ। ਹੁਣ ਇੱਕ ਬਾਲਟੀ ਇਹਨੂੰ ਪਾ ਦਿੰਦੀ ਹਾਂ ਅਤੇ ਉਹ ਪਿਆਜ਼ ਜਿਹੜੇ ਉਹਨਾਂ ਨੂੰ ਹਜੇ ਦੋ ਤਿੰਨ ਦਿਨ ਠਹਿਰ ਕੇ ਫਿਰ ਪਾਣੀ ਪਵਾਵਾਂਗੇ। ਬਾਲਟੀ ਪਾਣੀ ਵੀ ਭਰ ਲਈ ਆ, ਸ਼ਾਨ ਲਈ ਸਪੈਸ਼ਲ ਕਹਿ ਕੇ ਜਾਂਦਾ ਹੁੰਦਾ ਕਿ ਮੰਮਾ ਜੀ ਹੋਰ ਕਿਸ ਚੀਜ਼ ਨੂੰ ਪਾਇਓ ਜਾਂ ਨਾ ਪਾਇਓ ਪਾਣੀ, ਅਤੇ ਇਹਨਾਂ ਫੁੱਲਾਂ ਨੂੰ ਲਾਜ਼ਮੀ ਪਾਇਓ। ਮੈਂ ਚਲੋ ਸਹੀ ਹੈ ਬੇਟਾ, ਪਾ ਦੂੰਗੀ ਜਦੋਂ ਯਾਦ ਹੁੰਦਾ ਫਟਾਫਟ ਬਾਲਟੀ ਫਰਕ ਪਾ ਜਾਂਦੀ ਹਾਂ, ਕਈ ਦਫ਼ਾ ਨਹੀਂ ਦੋ ਦੋ ਤਿੰਨ ਤਿੰਨ ਦਿਨ ਨਹੀਂ ਪਾਇਆ ਜਾਂਦਾ। ਤੁਹਾਡੇ ਤਾਂ ਸੋਹਣੇ ਤੇ ਫਰਹਾਨ ਵਾਲੀ ਛਿੱਕੇ ਮਾਰ ਲੈਂਦੇ। ਕੋਈ ਨੀ, ਡੰਡਾ ਹੈ ਨਾ, ਵੇਖੀ ਫਰਹਾਨ ਵਾਲੀ ਮਾਰ ਲੈ। ਹਾਂਜੀ ਏਦਾਂ ਹੀ ਆ, ਇਹ ਡੰਡੇ ਨਾਲ ਹੀ ਖੇਡਦੇ ਹੁੰਦੇ ਆ ਵੇਖੋ। ਚਲ ਚਲ ਚਲ।
ਹਾਂਜੀ ਅਤੇ ਦੇਗਚੀ ਵਿੱਚ ਦੁੱਧ ਪਾ ਲਿਆ ਹੈ, ਚਾਹ ਬਣਾਉਣ ਲੱਗੀ ਹਾਂ। ਬੱਚੇ ਟਿਊਸ਼ਨ ਪੜ੍ਹ ਕੇ ਆਏ ਸੀ ਅਤੇ ਟਾਈਮ ਨਾਲ ਹੀ ਖਾਣਾ ਖਾ ਚੁੱਕੇ ਹਾਂ ਅਤੇ ਹੁਣ ਚਾਹ ਬਣਾਉਣ ਲੱਗੀ ਹਾਂ। ਬਿਜਲੀ ਜਾਣ ਵਾਲੀ ਆ, 10-12 ਮਿੰਟ ਰਹਿ ਗਿਆ। ਫਟਾਫਟ ਬਿਜਲੀ ਜਾਣ ਤੋਂ ਪਹਿਲੇ ਚਾਹ ਬਣਾ ਲੈਂਦੀ ਹਾਂ, ਫਿਰ ਇੱਥੇ ਹਨੇਰਾ ਹੋ ਜਾਂਦਾ ਹੈ ਅਤੇ ਲੇਟ ਚਲੀ ਜਾਂਦੀ ਆ। ਬਿਸਮਿਲਲਾ ਰਿਹਾਨ ਅਲੀ ਬੇਟਾ, ਭਾਈ ਉੱਧਰ ਕਿਚਨ 'ਚ ਹੀ ਬੈਠਾ ਹੀ ਆ, ਤੂੰ ਦੇਖੀ ਹੋਈ ਮੇਰਾ ਖਿਆਲ, ਉਹਨੂੰ ਮਾਚਿਸ ਫੜੀ ਹੋਈ ਆ। ਕਹਿੰਦਾ ਸੀ ਮੰਮਾ ਜੀ ਅੱਗ ਜਲਾਓ ਅਤੇ ਅੱਗ ਸੇਕਣੀ। ਮੈਂ ਕਿਹਾ ਹੁਣ ਕਿਹੜਾ ਸਰਦੀ ਆ ਅਤੇ ਇੱਥੇ ਰਾਜਾ ਚਾਹ ਬਣਾਉਣ ਲੱਗੀ। ਮਾਚਿਸ ਫੜੀ ਆ ਨਾ, ਫੜ ਲਾ ਪੁੱਤ, ਉਹਨੂੰ ਕੋਈ ਫੜ ਕੇ ਉੱਤੇ ਰੱਖ ਕਿਤੇ ਐਵੇਂ ਅੱਗ ਲਾਊਗਾ। ਕਹਿੰਦਾ ਸੀ ਅੱਗ ਸੇਕਣੀ, ਮੈਂ ਕਿਹਾ ਕਿਹੜਾ ਠੰਡ ਆ ਅਤੇ ਆ ਜਾ ਤੂੰ ਉੱਥੇ ਆ ਕੇ ਮੈਂ ਦੇਖੋ ਕਹਿ ਮੈਂ ਹੁਣ ਅੱਛਾ ਬੱਚਾ ਬਣ ਗਿਆ। ਫਰਹਾਨੀ ਆਖ ਹੁਣ ਮੈਂ ਅੱਛਾ ਬੱਚਾ ਬਣ ਗਿਆ। ਇੱਧਰ ਇੱਧਰ ਹੋ ਕੇ, ਇੱਧਰ ਕੈਮਰੇ ਦੇ ਸਾਹਮਣੇ ਹੋ ਕੇ ਕਹਿ ਮੈਂ ਹੁਣ ਅੱਛਾ ਬੱਚਾ ਬਣ ਗਿਆ, ਮੈਂ ਸ਼ਰਾਬ ਮੈਂ ਅੱਛਾ ਬੱਚਾ ਬਣ ਗਿਆ ਹੁਣ ਛਡਾਤਾ ਨਹੀਂ ਕਰਦਾ ਛਡਾਤਾ ਸ਼ਰਾਰਤਾਂ ਨਹੀਂ ਕਰਦਾ ਹਨਾ। ਮਾਚਿਸ ਕਿੱਥੇ ਰੱਖ ਕੇ ਆਇਆ? ਕਿਉਂਕਿ ਛੋਟੇ ਬੱਚੇ ਮਾਚਿਸ ਨਹੀਂ ਫੜਦੇ, ਠੀਕ ਹੈ ਨਾ? ਠੀਕ ਹੈ। ਹਾਂਜੀ ਇੱਦਾਂ ਕਰ, ਕੰਮ ਕਰਿਆ ਕਰ, ਸੁਣਿਆ ਪਠਾਨ ਨਹੀਂ ਕੰਮ ਕਰਿਆ ਕਰ ਇੱਧਰ ਜਾਂ ਫਿਰ ਕੱਪ ਤੇ ਪਾਣੀ ਲੈ ਗਿਆ, ਤੈਨੂੰ ਚਾਹ ਪਾ ਦੇ। ਮਾਸ਼ਾਅੱਲਾ ਮਾਸ਼ਾਅੱਲਾ, ਦੇਖੋ ਮੇਰੇ ਪੁੱਤ ਨੂੰ ਪਤਾ ਸੀ ਕੱਪ ਪਾਉਣੇ ਲਿਆਉਣੇ ਆ। ਇੱਦਾਂ ਦੇ ਹੁੰਦੇ ਹੀ ਅੱਛੇ ਬੱਚੇ, ਇੱਦਾਂ ਦੇ ਹੁੰਦੇ ਅੱਛੇ ਬੱਚੇ ਮੰਮਾ ਨਾਲ ਕੰਮ ਕਰਾਉਂਦੇ ਆ ਨਾ, ਕੁੱਤੇ ਕੁੱਤੇ ਕੰਮ ਕਰਾਉਂਦਾ ਅੱਛਾ ਬੱਚਾ ਹੈ ਨਾ। ਹੁਣ ਦੱਸ ਦੁੱਧ ਪੀਣਾ ਕਿ ਚਾਹ ਪੀਣੀ? ਚਾਹ ਆ, ਮੈਂ ਪੱਤੀ ਜਰਾ ਜ਼ਿਆਦਾ ਪਾਈ ਆ। ਖੈਰ ਰਾਤੀ ਤੂੰ ਰੋਇਆ ਸੀ ਨਾ ਕਿ ਪਾਪਾ ਨੂੰ ਕਿਉਂ ਚਾਹ ਬਣਾ ਕੇ ਦਿੱਤੀ ਅਤੇ ਮੈਂ ਦੁੱਧ ਨਹੀਂ ਪੀਣਾ, ਮੈਂ ਚਾਹ ਪੀਣੀ ਹੈ ਨਾ, ਪਿੱਛੇ ਹੋ ਕੇ ਬੀਜ ਦੋ ਨਾ ਸੁਣਿਆ। ਹਾਂਜੀ
ਤੂੰ ਨਹੀਂ ਚਾਹ ਪਕਾ ਸਕਦਾ ਪੁੱਤ, ਚੱਲ ਇੱਧਰ ਪਵਾ।